ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਹਾੜੀ ਕਿਉਂ ਗਏ? ਹਾਂਜੀ ਆ ਇਹ ਗਰਮੀ ਬੜੀ ਹੈ ਤੇ ਦਿਹਾੜੀ ਹੋ ਜਾਂਦੀ, ਕਿੱਦਾਂ ਫਿਰ? ਕੀ ਕਰੀਏ ਹੁਣ, ਹਾਂ ਅੱਜ ਕਰਨੀ ਪਈ ਸੀ ਕੱਚੀ ਖਾ ਲਓ। ਮਿਲਦੀ ਰੋਜ਼ ਕਿ ਨਹੀਂ ਮਿਲਦੀ ਹੋਣਾ ਦਿਹਾੜੀ ਵੀ ਮਿਲਦੀ ਹੋਈ? ਅੱਜ ਕੱਲ੍ਹ ਮਿਲਦੀ ਨਹੀਂ ਹੈ। ਹਾਂ ਤੁਹਾਨੂੰ ਵੀ ਰਾਮਦਾਸ ਜੀ, ਉਹ ਸ਼ੁਭੋ ਜਲ, ਤੁਸੀਂ ਵੀ ਸ਼ੁਭੋ ਤਿੱਥੇ ਆ ਰਹੇ ਹੋ, ਮੈਂ ਤਾਂ ਨਹੀਂ ਬਹੁਤ ਵਾਰ ਆ ਗਿਆ। ਮੇਰੇ ਕੋਲ ਠੀਕ ਆ, ਕਿੱਦਾਂ? ਤੁਹਾਨੂੰ ਵੀ ਰਾਮਦਾਸ, ਵਧੀਆ ਲੱਗੀ ਜੀ ਵੀ ਆਹ ਫੜੋ ਬਾਬਾ ਜੀ, ਇਹਦੇ ਨਾਲ ਤੁਸੀਂ ਨਾ ਆਪਣਾ ਨਾ ਪਸੀਨਾ ਚੂੰਝਿਆ ਕਰੋ, ਠੀਕ ਆ? ਇਹਨੂੰ ਇਹਨੂੰ ਨਾਲ ਹੀ ਢੱਲਣਾ ਸਾਈਕਲ ਦੇ ਜਦੋਂ ਹੋਵੇ। ਹਾਂ ਆਹ ਤੁਸੀਂ ਸਰ ਨਾਲ ਇੱਕ ਰੱਖੋ, ਠੀਕ ਆ? ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰੇ ਇੰਨੀ ਗਰਮੀ ਚ ਕਿੱਥੇ ਘੁੰਮੀ ਫਿਰਦੇ ਜੇ, ਤੇਰਾ ਕੰਮ ਕਰਦੇ ਲੇਬਰ? ਅੱਛਾ ਕਮਰਾ ਪਾਉਂਦੇ ਇੰਨੀ ਇੰਨੀ ਗਰਮੀ ਚ ਹੋਏਗਾ ਕੰਮ? ਪਸੀਨਾ ਕਿੰਨਾ ਆਇਆ ਬਾਬਾ ਤੈਨੂੰ, ਹੈ ਕਿੰਨਾ ਪਸੀਨਾ ਆਇਆ? ਸਾਈਡ ਰੱਖੋ ਆ ਫੜੋ, ਕਿਹੜੇ ਜਲ ਛੱਡੋ, ਬੋਤਲ ਵੀ ਤੁਹਾਡੀ ਆ, ਪੀਓ ਦਿਹਾੜੀ ਥੋੜੀ ਥੋੜੇ ਭਾਜੀ। ਅੱਛਾ ਤੋੜੀਆਂ ਦੇਵੋ ਬਾਬਾ ਜੀ, ਇੱਕ ਨਾ ਪਾਣੀ ਦੀ ਬੋਤਲ ਆਪਣੇ ਕੋਲ ਜੂ ਧੱਚਾ ਕਰੋ, ਇੱਧਰ ਆਓ ਇੱਕ, ਇਹਦੇ ਨਾਲ ਆਹ ਜਿਹੜਾ ਤੋੜੀਆ ਨਾ ਇਹਨੂੰ ਰੱਖੋ, ਮੂੰਹ ਮਾਂ ਸਾਫ਼ ਕਰੋ, ਆਹ ਕਰੋ ਸਾਫ਼ ਕਰੋ, ਆਹ ਪਸੀਨਾ ਸਾਫ਼ ਕਰੋ। ਤੁਹਾਨੂੰ ਗੁਰੂ ਰਾਮਦਾਸ ਜੀ, ਤਾਂ ਤੁਸੀਂ ਵੀ ਬਾਬਾ ਜੀ ਆ ਕਰੋ, ਆਹ ਪਸੀਨਾ ਸਾਫ਼ ਕਰੋ ਆਪਣਾ ਮੂੰਹ ਦੇ ਲੈ। ਤੁਹਾਨੂੰ ਗੁਰੂ ਰਾਮਦਾਸ, ਹਾਂ ਇਹਨੂੰ ਮੋਢੇ 'ਤੇ ਪਾ ਲਿਆ ਤਰਾ, ਜਿਵੇਂ ਤੁਸੀਂ ਪਹਿਣਾ ਮੋਢੇ 'ਤੇ ਪਾ ਲਿਆ, ਅਤੇ ਬੋਤਲ 'ਚ ਪਾਣੀ ਜ਼ਰੂਰ ਰੱਖਿਆ ਕਰੋ, ਠੀਕ ਹੈ ਨਾ? ਗਰਮੀ ਬਹੁਤ ਆ, ਗਰਮੀ ਬਹੁਤ ਪੈਂਦੀ, ਪਾਣੀ ਠੀਕ ਹੈ ਚੱਲ ਬਸ ਪਾਤਸ਼ਾਹ ਦਾ, ਚਲੋ ਥੋੜ੍ਹਾ ਜਿਹਾ ਬਚਾਅ ਰੱਖੋ ਗਰਮੀ ਦਾ, ਹੈ ਚਲੋ ਠੀਕ ਹੈ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।